विजन पंजाब टीवी देख रहे देश विदेश के दर्शकों का स्वागत है। प्रोग्राम चल रहा है जी उल्ट पुलट अनुकोड़ा हाजिर हो चुकी है। रवि संग्रह जी भी आ गए ने। सत श्री अकाल रवि जी, की हाल चाल ने? सत श्री अकाल जी, की हाल है कौड़ा साहब? ठीक ठाक हो? बहुत वधिया। हाँ जी बिल्कुल, खुशी दुगनी तिगनी। मैनू तो मैनू ए क्यों महसूस हो रहा कि अज मूड दे विच कुछ बदलाव आया होया होना ही है। इन्नी देर दी असी महामारी सुनी जाने हैं, इन्ने लोग मर गए जी, इन्ने लोग पॉजिटिव आ गए जी, आंकड़ा इत्थों अगे पार चला गया जी, बुरियां खबरां मतलब कि सुनने नूं मिल रही सीगियां। मजदूर ने घर जांदे ने दम तोड़ता जी, भुखे भाणे किसी ने दम तोड़ता जी, किसी ने होस्पिटल दे विच दम तोड़ता जी, मतलब इदां दीआं खबरां जिहड़ियां दुख भरियां खबरां ही सानूं मिल रहियां सीगियां। पर कल जो खजाना मोदी साहब ने खोलिया, लोगों के मुँह च पानी आ गया। मतलब एड्डी वड्डी राशि, पाकिस्तान तो कहता एड्डी होंगी नहीं भाई, तुम तो झूठ बोली जाने, एड्डी राशि थोड़ी होंगी है कोई। बई राशि बारे भी गलबात करांगे आपां, पर मैनू उस तो पहला एक होर मेरे गुबार बनी जांदा एक पासे, ओह कढ लां। हाँ जी बिल्कुल कढो, और तुसीं कढणा तां है नहीं वैसे भी बोले बिना। हाँ नहीं, मैनू जिहड़ी गल मेरे दिमाग दे विच वड़ गई ना, जिहड़ी ओह कहिंदे हुंदे ना खुर खुर जी करन लग जांदी है दिमाग दे विच ना, चुंडियां वढ़न लग जांदी है गल, फिर ओह मैनू जल्दी 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 हो जाए तां कम्म निबड़िया चंगा हुंदा। करो करो। ਉਹ ਇਹ ਆ ਭਾਈ ਵੀ ਨੀਟੂ ਸ਼ਟਰਾਂ ਵਾਲਾ ਕਿਹੜੇ ਪੰਗਿਆਂ 'ਚ ਪੈ ਗਿਆ ਕੌੜਾ ਸਾਹਿਬ, ਕੀ ਕਰ ਰਿਹਾ ਇਹ? ਆਪਾਂ ਕਿੰਨੀਆਂ ਤਾਰੀਫਾਂ ਆਪਾਂ ਕੀਤੀਆਂ ਪਿਛਲੇ ਟਾਈਮ ਦੇ ਵਿੱਚ, ਜਦੋਂ ਇਹ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਗਿਆ ਤਾਂ ਆਪਾਂ ਇਹਦੀਆਂ ਕਿੰਨੀਆਂ ਤਾਰੀਫਾਂ ਕਰਦੇ ਰਹੇ ਹਾਂ, ਕਿਹੜੇ ਪੰਗਿਆਂ 'ਚ ਪੈ ਗਿਆ? ਮਤਲਬ ਨੀਟੂ ਸ਼ਟਰਾਂ ਵਾਲਾ ਇਸ ਵੇਲੇ ਮੋਦੀ ਸਾਹਿਬ ਤੋਂ ਵੱਡਾ ਹੋ ਗਿਆ ਤੁਹਾਡੇ ਹਿਸਾਬ ਨਾਲ? ਨਹੀਂ, ਮੋਦੀ ਸਾਹਿਬ ਨਾਲੋਂ ਕਿਤੇ ਮੋਦੀ ਸਾਹਿਬ 'ਚ ਹੈਗੀ ਆ ਐਡੀ ਹਿੰਮਤ ਕਿ ਕਿਸੇ ਰੈਸਲਿੰਗ ਵਾਲੇ ਰਿੰਗ ਦੇ ਵਿੱਚ ਜਾ ਕੇ ਇੱਕ ਮਿੰਟ 'ਚ ਕਵੇ ਵੀ ਆ ਜਾਓ ਮੈਂ ਤੁਹਾਨੂੰ ਚਿੱਤ ਕਰ ਦੇਣਾ, ਇਹ ਹਿੰਮਤ ਨਹੀਂ। ਅਸੀਂ ਨਾ ਵਕਤ ਦੇ ਹਿਸਾਬ ਨਾਲ ਚੱਲਦੇ ਹਾਂ, ਕਹਿੰਦੇ ਨਾ ਅੱਖਾਂ ਵੀ ਕਈ ਵਾਰ ਧੋਖਾ ਦੇ ਦਿੰਦੀ ਹੈ ਸਾਨੂੰ, ਜੋ ਸਾਨੂੰ ਦਿਖਦਾ ਕਈ ਵਾਰ ਹੁੰਦਾ ਨਹੀਂ। ਅਸੀਂ ਬੜੀਆਂ ਤਾਰੀਫਾਂ ਕੀਤੀਆਂ ਸੀਗੀਆਂ ਜਦੋਂ ਇਲੈਕਸ਼ਨ 'ਚ ਸੀਗੇ ਵੀ ਭਾਈ ਨੀਟੂ ਸ਼ਟਰਾਂ ਵਾਲਾ, ਦੇਖੋ ਹਿੰਮਤ ਤਾਂ ਕੀਤੀ ਕਿਸੇ ਆਮ ਬੰਦੇ ਨੇ ਆ ਕੇ ਚੋਣ ਲੜਨ ਦੀ, ਵੀ ਜਿਹੜੇ ਲੀਡਰਾਂ ਨੂੰ ਅਸੀਂ ਕਹੀ ਜਾਂਦੇ ਵੀ ਭਾਈ ਆਪਸ 'ਚ ਰਲੀ ਮਿਲੀ ਭਗਤੀ ਹੁੰਦੀ ਹੈ, ਕਦੇ ਤੂੰ ਜਿੱਤ ਕਦੇ ਮੈਂ ਜਿੱਤ, ਪਰ ਜਿਹੜਾ ਆਮ ਆਦਮੀ ਇਸ ਵਾਰ ਹੁਣ ਇਲੈਕਸ਼ਨ 'ਚ ਖੜਾ ਹੋਇਆ ਦੇਖੋ ਕੀ ਬਣਦਾ, ਘੱਟੋ ਘੱਟ ਹਿੰਮਤ ਤਾਂ ਕੀਤੀ। ਹੁਣ ਸਾਨੂੰ ਕੀ ਪਤਾ ਸੀ ਹਿੰਮਤ ਇਹ ਵੱਖ ਵੱਖ ਜਗ੍ਹਾ 'ਤੇ ਕਰਦਾ ਫਿਰਦਾ, ਹੁਣ ਰੈਸਲਿੰਗ ਦੇ ਰਿੰਗ 'ਚ ਜਾ ਕੇ ਵੀ ਹਿੰਮਤ ਦਿਖਾ ਦੂੰਗਾ। ਨਹੀਂ ਉਦੋਂ ਨਹੀਂ ਐਡਾ ਲੱਗਦਾ ਸੀ, ਹੁਣ ਤਾਂ ਐਂ ਲੱਗਦਾ ਵੀ ਦਿਮਾਗ ਦੇ ਵਿੱਚ ਨਾ ਇਹਦੇ ਕੁਛ ਮਤਲਬ ਹਿੱਲ ਗਿਆ ਦਿਮਾਗ, ਜਿਹਨੂੰ ਕਹਿ ਦਿੰਦੇ ਨਾ ਆਪਾਂ ਪਾਗਲ ਹੋ ਜਾਂਦਾ ਬੰਦਾ, ਮੈਂਟਲ ਹੋ ਜਾਂਦਾ ਕੁਛ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਗਿਆ। ਪਹਿਲਾਂ ਚਲੋ ਨੋਰਮਲ ਜੀ ਗੱਲ ਲੱਗਦੀ ਸੀਗੀ ਵੀ ਭਾਈ ਇਹਨੂੰ ਵੋਟਾਂ 9 ਪਈਆਂ ਸੀਗੀਆਂ, ਇਹ ਰੋਇਆ ਵੀ ਭਾਈ ਮੈਨੂੰ ਤਾਂ ਮੇਰੇ ਘਰਦਿਆਂ ਨੇ ਵੀ ਵੋਟਾਂ ਨਹੀਂ ਪਾਈਆਂ, ਫੇਮਸ ਹੋ ਗਿਆ। ਉਸ ਤੋਂ ਬਾਅਦ ਕਈ ਸੈਲੀਬ੍ਰਿਟੀ ਇਹਦੇ ਹੱਕ 'ਚ ਆ ਖੜੇ ਹੋਏ ਵੀ ਭਾਈ ਨਹੀਂ ਨੀਟੂ ਐਂ ਕੋਈ ਚੱਕਰ ਨਹੀਂ ਗਿਆ ਆਪਾਂ ਤੇਰੇ ਨਾਲ ਆ, ਫਿਰ ਇਹ ਥੋੜ੍ਹਾ ਜਿਹਾ ਹਵਾ ਦੇ ਵਿੱਚ ਆਇਆ ਦਿੱਲੀ ਵਾਲੇ ਇਲੈਕਸ਼ਨਾਂ ਦੇ ਵਿੱਚ ਜਾ ਵੜਿਆ, ਉੱਥੇ ਕਹਿੰਦਾ ਮੈਂ ਕੇਜਰੀਵਾਲ ਨੂੰ ਹਰਾ ਦੇਣਾ, ਚਲੋ ਠੀਕ ਲੱਗਦਾ ਸੀ ਉੱਥੋਂ ਤੱਕ ਕਿ ਯਾਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਸ਼ੌਕ ਹੈ ਅਤੇ, ਪਰ ਹੁਣ ਬੰਦੇ ਨੂੰ ਰੈਸਲਿੰਗ ਲੜਨ ਦਾ ਵੀ ਸ਼ੌਕ ਹੈ ਇਹ ਹੁਣ ਪਤਾ ਲੱਗਾ। ਪਰ ਉਦੋਂ ਪਹਿਲਾਂ ਵੀ ਗੀਤ ਗਾਉਂਦਾ ਸੀ, ਕਹਿੰਦਾ ਜੀ ਮੈਂ ਮੇਰੇ ਬਹੁਤ ਸਾਰੇ ਗੀਤ ਆਏ ਹੋਏ ਆ, ਮੈਂ ਬਹੁਤ ਕੈਸਟਾਂ ਕੱਢੀਆਂ, ਮੇਰੇ ਜਿਹੜੇ ਆ 2 ਕਰੋੜ ਅਤੇ 20 ਲੱਖ ਕਹਿੰਦਾ ਮੇਰੇ ਵਿਊ ਹੋ ਗਏ ਸੀਗੇ, ਖੁਦਾ ਨਾ ਖਾਸਤਾ ਜੇ ਕਿਤੇ ਇੰਨੇ ਦੇ ਵਿਊ ਕਿਸੇ ਚੀਜ਼ ਦੇ ਹੋ ਜਾਣ ਤਾਂ ਨੀਟੂ ਸ਼ਟਰਾਂ ਵਾਲਾ ਤਾਂ ਪੰਜਾਬ ਦੇ ਲੋਕਾਂ ਨੂੰ ਪਾਗਲ ਕਰ ਦੇਵੇ। ਕਹਿੰਦਾ ਜੀ ਮੇਰੇ ਗੀਤ ਵੀ ਲਿਖੇ ਹੋਏ ਨੇ, ਮੈਂ ਗੀਤ ਵੀ ਲਿਖਦਾ ਰਿਹਾ, ਗਾ ਕੇ ਵੀ ਸੁਣਾਉਂਦਾ ਰਿਹਾ, ਬੜੇ ਹਾਸੋ ਹੀਣੇ ਜੇ ਇਹਦੇ ਉਹ ਕਿੱਸੇ ਨੇ। ਅਤੇ ਉਦੋਂ ਬਾਅਦ ਜਦੋਂ ਕਰੋਨਾ ਸ਼ੁਰੂ ਹੁੰਦਾ ਕਹਿੰਦਾ ਜੀ ਮੈਂ ਕਰੋਨਾ ਦੀ ਦਵਾਈ ਬਣਾ ਲਈ, ਇਹ ਬੰਦੇ ਨੇ 2 ਚਮਚ ਖਾਣੀ ਹੈ ਔਰ ਖਾਣੀ ਵੀ ਗਰਮ ਪਾਣੀ ਦੇ ਨਾਲ ਜਾਂ ਫਿਰ ਚਾਹ ਦੇ ਨਾਲ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਤੁਹਾਨੂੰ ਬੁਖਾਰ ਚੜਿਆ ਤੁਹਾਨੂੰ ਕੀ ਹੋਇਆ, ਤਾਂ ਹੀ ਤਾਂ ਫਿਰ ਧਰ ਲਿਆ ਸੀ ਨਾ ਮੁੜ ਕੇ ਪੁਲਿਸ ਨੇ। ਹਾਂ ਅਤੇ ਉਸ ਤੋਂ ਬਾਅਦ ਇਹਦੇ 'ਤੇ ਪਰਚਾ ਵੀ ਹੋਇਆ, ਚਲੋ ਐਂ ਲੱਗਦਾ ਸੀਗਾ ਵੀ ਭਾਈ ਨੀਟੂ ਚਲੋ ਹੁਣ ਟਿਕ ਜੂਗਾ, ਪਰ ਨੀਟੂ ਨੇ ਤਾਂ ਕਮਾਲ ਕਰਤੀ ਭਾਈ, ਉੱਥੇ ਰੈਸਲਿੰਗ ਵਾਲੇ ਰਿੰਗ ਦੇ ਵਿੱਚ ਵੜ ਗਿਆ ਜਾ ਕੇ, ਉੱਥੇ ਜਾ ਕੇ ਉਹਨਾਂ ਨੂੰ ਡਰਾਮਾ ਜਾਂ ਤਾਂ ਹੁਣ ਜਿਸ ਤਰੀਕੇ ਨਾਲ ਕੀਤਾ ਇਹ ਸਾਰਾ, ਕੋਈ ਭਰੋਸਾ ਨਹੀਂ ਵੀ ਭਾਈ ਜਿਵੇਂ ਕਹਿੰਦੇ ਸੀ ਭਾਈ ਨੀਟੂ ਨੂੰ ਫਿਲਮ ਮਿਲਣੀ, ਕੀ ਪਤਾ ਕਿਸੇ ਫਿਲਮ ਦੀ ਪ੍ਰੈਕਟਿਸ ਕਰਦਾ ਹੋਵੇ, ਵੀ ਕੁੱਟ ਖਾਣ ਦੀ ਐਕਟਿੰਗ ਕਰਦਾ ਹੋਵੇ, ਹੁਣ ਕੋਈ ਗੱਲ ਦਾ ਕੋਈ ਭਰੋਸਾ ਨਹੀਂ। ਜਿਸ ਹਿਸਾਬ ਨਾਲ ਪਰ ਇਹਦੇ ਪੈ ਰਹੀਆਂ ਸੀ ਉਹ ਤਾਂ ਲੱਗਦਾ ਅਸਲੀ ਪੈ ਰਹੀਆਂ ਸੀ, ਚਿੱਕਾਂ ਇਹਦੀਆਂ ਅਸਲੀ ਨਿਕਲ ਰਹੀਆਂ ਸੀ, ਪਰ ਜੋ ਵੀ ਨਹੀਂ ਨਹੀਂ ਬਿਲਕੁਲ ਮੈਂ ਉਹੀ ਕਹਿੰਦਾ ਸੀ ਭਾਈ ਕੋਈ ਐਕਟਿੰਗ ਵਾਲੀਆਂ ਚੀਕਾਂ ਨਹੀਂ ਸੀ, ਸੱਚੀ ਮੁੱਚੀ ਦੀਆਂ ਚੀਕਾਂ ਸੀਗੀਆਂ, ਅਗਲੇ ਨੇ ਗੁੱਟ ਤੋੜਤਾ। ਨਹੀਂ ਪਰ ਠੀਕ ਹੈ, ਮੈਂ ਕਿਹਾ ਜੇ ਹਿੰਮਤ ਕੀਤੀ ਸੀ ਰੈਸਲਿੰਗ ਦੀ ਰਿੰਗ 'ਚ ਜਾਣ ਵਾਸਤੇ, ਪਰ ਅਗਲੇ ਨੇ ਇੱਕ ਵਾਰ ਢਾ ਵੀ ਦਿੱਤਾ ਸੀਗਾ ਉਹਨੂੰ ਰੈਸਲਰ ਨੂੰ, ਨਹੀਂ ਢਾ ਦਿੱਤਾ ਸੀ ਬੇਸ਼ੱਕ, ਢਾ ਤਾਂ ਸੀਗਾ, ਮੈਨੂੰ ਤਾਂ ਐਂ ਨਹੀਂ ਸਮਝ ਲੱਗਦੀ ਵੀ ਇਹ ਪੰਗੇ ਲੈਂਦਾ ਕਿਉਂ ਇਹੋ ਜਿਹੇ,
ਇਹ ਕਿਹੜਾ ਇਹਨੇ ਇਨਾਮ ਜਿੱਤਣਾ ਹੈ, ਕਿਹੜੀ ਗਿਨੀਜ਼ ਬੁੱਕ ਦੇ ਵਿੱਚ ਆਪਦਾ ਨਾਮ ਦਰਜ ਕਰਾਉਣਾ ਹੈ ਵੀ ਭਾਈ ਤੂੰ ਟਿਕ ਜਾ ਹੁਣ, ਤੇਰਾ ਐਵੇਂ ਕੁਛ ਨਾ ਕੁਛ ਤੋੜ ਦੇਣਗੇ, ਤੇਰੇ ਇਲਾਜ ਵਾਸਤੇ ਹੁਣ ਕਿਸੇ ਨੇ ਅੱਗੇ ਨਹੀਂ ਆਉਣਾ, ਤੈਨੂੰ ਜਿਹੜੇ ਸਾਥ ਦਿੰਦੇ ਸੀ ਨਾ ਤੇਰਾ, ਉਹ ਹੁਣ ਤੇਰੀਆਂ ਹਰਕਤਾਂ ਦੇਖ ਕੇ ਪਿੱਛੇ ਹੋ ਗਏ, ਹੁਣ ਨੀਟੂ ਸਿਆਂ ਉਹ ਗੱਲ ਨਹੀਂ ਬਣਨੀ, ਟਿਕ ਜਾ। ਨਹੀਂ ਕੁਛ ਲੋਕ ਤਾਂ ਇਹਨੂੰ ਪੰਜਾਬ ਦੀ ਰਾਖੀ ਸਾਵੰਤ ਕਹੀ ਜਾਂਦੇ ਵੀ ਨੇ, ਰਾਖੀ ਸਾਵੰਤ ਵਰਨਾ ਪੰਜਾਬ ਦੀ ਮਸ਼ਹੂਰੀ ਲੈਣੀ ਹੈ। ਨਹੀਂ ਬੇਸ਼ੱਕ ਕੋਈ ਫਰਕ ਨਹੀਂ ਇਹਨਾਂ ਦੋਹਾਂ 'ਚ, ਕੋਈ ਫਰਕ ਨਹੀਂ, ਇਹ ਫੇਮ ਲੈਣ ਦੇ ਵਾਸਤੇ ਕੁਛ ਵੀ ਕਰਨਗੇ, ਪੁੱਠਾ ਸਿੱਧਾ ਬੋਲਣਗੇ ਵੀ, ਪੁੱਠਾ ਸਿੱਧਾ ਕਰਨਗੇ ਵੀ, ਬਿਲਕੁਲ ਜਿਹਨੇ ਵੀ ਨਾਮ ਦਿੱਤਾ ਉਹ ਬਿਲਕੁਲ ਠੀਕ ਹੀ ਦਿੱਤਾ। ਅੱਛਾ ਚਲੋ ਇਹਨੂੰ ਛੱਡ ਦਈਏ ਜੀ, ਅਸੀਂ ਉਹ ਪਹਿਲਾਂ ਹੀ ਵਿਚਾਰਾ ਬਹੁਤ ਫੇਮਸ ਹੈ, ਲੋਕਾਂ ਨੇ ਬਹੁਤ ਵਿਊਜ਼ ਉਹਨੂੰ ਦਿੱਤੇ ਹੋਏ ਆ, ਅਸੀਂ ਉਹਨੂੰ ਨਾ ਦਈਏ, ਅਸੀਂ ਆ ਜਾਈਏ ਆਪਣੇ ਮੋਦੀ ਸਾਹਿਬ ਵਾਲੇ ਪਾਸੇ ਨੂੰ। ਦੇਖੋ ਜਦੋਂ ਕੱਲ੍ਹ ਸਭ ਤੋਂ ਪਹਿਲਾਂ ਤਾਂ ਜਦੋਂ 8 ਵਜੇ ਮੋਦੀ ਸਾਹਿਬ ਨੇ ਲਾਈਵ ਹੋਣਾ ਹੁੰਦਾ, ਲੋਕਾਂ ਦੇ ਕੰਨ ਨਾਲ ਖੜੇ ਹੋ ਜਾਂਦੇ। ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਨੀਟੂ ਦੀ ਕਿਸਮਤ ਵੇਖੋ, ਇੱਥੇ ਵੀ ਮੱਲੋ ਮੱਲੀ ਪਹਿਲਾਂ ਨੀਟੂ ਦੀ ਗੱਲ ਹੋਈ ਤੇ ਮੋਦੀ ਸਾਹਿਬ ਦੀ ਗੱਲ ਮਗਰੋਂ ਹੋਈ ਆ, ਤੁਸੀਂ ਬੰਦੇ ਦੀ ਚੜ੍ਹਾਈ ਦੇਖੋ। ਇਹ ਤੁਸੀਂ ਆਪ ਹੀ ਛੇੜੀਏ, ਮੈਂ ਤਾਂ ਮੋਦੀ ਸਾਹਿਬ ਦੀ ਛੇੜੀ ਸੀ ਪਹਿਲਾਂ। ਨਹੀਂ ਪਰ ਕਿਸਮਤ ਤਾਂ ਉਹਦੀ ਦੇਖੋ, ਮੈਂ ਕਿਸਮਤ ਉਹਦੀ ਪਹਿਲਾਂ ਗੱਲ ਕਰਵਾ ਗਈ ਨਾ, ਉਹਦੀ ਪ੍ਰਾਇਓਰਟੀ ਤੇ ਰੱਖਿਆ ਸੀ ਨੀਟੂ ਸ਼ਟਰ ਵਾਲੇ ਨੂੰ। ਇਹ ਸਾਨੂੰ ਸਭ ਪਤਾ ਹੈ, ਇਹ ਕਿਸਮਤ ਹੈ ਕਿ ਇਹ ਇੱਧਰ ਵਾਲੀ ਕਿਰਪਾ ਜਿਹੜੀ ਹੋਈ ਹੈ ਤੁਹਾਡੇ ਵਾਲੇ ਪਾਸੇ ਉਹ ਹੋਈ ਹੈ। ਅੱਛਾ ਚਲੋ ਹੁਣ ਮੈਨੂੰ ਗੱਲ ਕਰ ਲੈਂਦੇ ਹੋ ਮੋਦੀ ਸਾਹਿਬ ਬਾਰੇ, ਮੇਰੀ ਬੇਨਤੀ ਹੈ ਇੱਕ ਤਾਂ ਜਿਹੜੇ ਟੈਕਸ ਟੁਕਸ ਲੱਗਦੇ ਰਹਿੰਦੇ ਨੇ ਇਹ ਵਿੱਚ ਟੋਕਨ ਵਿੱਚ ਟੈਕਸ ਲੱਗਣੇ ਚਾਹੀਦੇ। ਠੀਕ ਹੈ ਕੜਾ ਸਾਹਿਬ, ਆਉਣ ਦਿਓ ਆਉਣ ਦਿਓ। ਅੱਛਾ ਤੇ ਮੋਦੀ ਸਾਹਿਬ ਦੀ ਮੈਂ ਗੱਲ ਕਰ ਰਹੀ ਸੀ, ਮੈਂ ਕਿਹਾ ਜਦੋਂ 8 ਵਜੇ ਉਹਨਾਂ ਨੇ ਲਾਈਵ ਹੋਣਾ ਹੁੰਦਾ ਤਾਂ ਕਹਿੰਦੇ 8 ਵਜੇ ਨੋਟ ਬੰਦ ਨਹੀਂ ਹੁੰਦੇ, ਨੋਟ ਜਾਰੀ ਵੀ ਹੋ ਜਾਂਦੇ ਹੁੰਦੇ ਆ। ਕੱਲ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਉਹ ਤੋਂ ਬਾਅਦ ਕਹਿੰਦੇ ਨੇ, ਵੈਸੇ ਜਦੋਂ 8 ਵਜੇ ਲਾਈਵ ਹੁੰਦੇ ਨੇ ਨਾ ਰਾਤ ਨੂੰ ਲੋਕਾਂ ਨੂੰ ਆਉਂਦਾ ਵੀ ਪੁੱਠਾ ਜਿਹਾ ਹੀ ਕੁਛ ਦੇਣਾ ਹੋਣਾ, ਮਤਲਬ ਜਾਂ ਤਾਂ ਕੋਈ ਫੈਸਲਾ ਦੇਣਗੇ ਜਿਹੜੇ ਲੋਕਾਂ ਨੂੰ ਚਿੰਤਾ 'ਚ ਪਾ ਦੂਗਾ, ਜਾਂ ਤਾਂ ਕੋਈ ਫਿਰ ਟਾਸਕ ਜਿਵੇਂ ਪਹਿਲਾਂ ਦਿੰਦੇ ਸੀਗੇ ਉਵੇਂ ਕੋਈ ਦੇ ਦੇਣਗੇ। ਪਰ ਐਤਕੀ ਮਤਲਬ ਉਹਨਾਂ ਨੇ ਬਾਜੀ ਜੀ ਥੋੜ੍ਹੀ ਜਿਹੀ ਮਾਰ ਲਈ, ਜਿਹੜੀ ਰਕਮ ਉਹਨਾਂ ਨੇ ਕਹੀ ਨਾ, ਪਹਿਲਾਂ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਆਈ, ਲੋਕਾਂ ਨੇ 4 ਵਾਰ ਸੁਣਿਆ ਇਹ ਚੀਜ਼, ਦੇਖੀ ਪੜ੍ਹੀ ਨਿਊਜ਼ 'ਤੇ ਜਦੋਂ ਆ ਰਹੀ ਸੀਗੀ ਵੀ ਇਹ 20 ਲੱਖ ਕਰੋੜ ਕੇ ਹੈ, ਲੋਕ ਕਹਿੰਦੇ ਨਾ ਭਾਈ 20 ਲੱਖ ਕਿਆ ਹੋਣਾ, ਕਰੋੜ ਤੁਸੀਂ ਉਹੀ ਲਾ ਲਿਆ ਆਪਣੇ ਵੱਲੋਂ ਦੀ, ਜਾਂ 20 ਕਰੋੜ ਕਿਆ ਹੋਣਾ, ਲੱਖ ਤੁਸੀਂ ਵਿੱਚੋਂ ਹੀ ਫਸਾ ਲਿਆ, ਮਤਲਬ ਇੰਨੀ ਰਕਮ। ਫਿਰ ਲੋਕਾਂ ਨੂੰ ਇਹ ਨਾ ਸਮਝ ਆਵੇ ਵੀ ਹੁਣ ਇਹਦੇ 'ਚ ਜੀਰੋ ਕਿੰਨੀਆਂ ਲੱਗਣਗੀਆਂ, ਕਿਉਂ ਵੀ ਭਾਈ ਐਡੀ ਰਕਮ ਜਿਹਨੇ ਸੁਣੀ ਨਹੀਂ, ਪਾਕਿਸਤਾਨ ਵਰਗੇ ਜਿਹੜੇ ਕਹਿੰਦੇ ਵੀ ਐਡੀ ਤਾਂ ਹੁੰਦੀ ਹੋ ਨਹੀਂ, ਤੁਸੀਂ ਉਹੀ ਬਣਾ ਲਈ ਆਪਦੇ ਵੱਲੋਂ ਦੀ ਉਹ, ਅਤੇ ਐਡੀ ਰਕਮ ਬੋਲਣ ਲੱਗੇ ਵੀ 4 ਵਾਰ ਅਸੀਂ ਫੰਬਲ ਮਾਰ ਜਾਂਦੇ ਹਾਂ ਵੀ ਐਡੀ ਰਕਮ ਜਿਹੜੀ ਅਨਾਊਂਸ ਕਰਤੀ ਇਹਨਾਂ ਦੀ ਉਮੀਦ ਨਹੀਂ ਸੀਗੀ। ਚਲੋ ਹੁਣ ਕਹਿੰਦੇ ਵੀ ਆਰਥਿਕ ਪੈਕੇਜ ਇਹ ਜਿਹੜਾ ਅਨਾਊਂਸ ਕੀਤਾ, ਹੁਣ ਇਹ ਨਹੀਂ ਪਤਾ ਵੀ ਇਹ ਮਿਲਣਾ ਕਿਹਨੂੰ ਹੈ, ਕਿਸ ਤਰੀਕੇ ਨਾਲ ਮਿਲਣਾ, ਕਿਹਨੂੰ ਮਿਲਣਾ, ਕਿਹਨੂੰ ਨਹੀਂ ਮਿਲਣਾ, ਹੁਣ ਕਿਹੜੇ ਹਿਸਾਬ ਨਾਲ ਇਹਨੂੰ ਵੰਡਿਆ ਜਾਊਗਾ ਉਹ ਕੁਛ ਨਹੀਂ ਪਤਾ। ਪਰ ਲੋਕਾਂ ਨੇ ਦੇਖੋ ਆਪਣਾ ਹਿਸਾਬ ਉਹਨਾਂ ਦਾ ਪੱਕਾ ਹੁੰਦਾ, ਉਹ ਕਹਿੰਦੇ ਹੁਣ ਸਾਡੇ ਮੋਦੀ ਸਾਹਿਬ ਵੱਲ ਬਣ ਗਏ ਨੇ ਪੂਰੇ 15,14,000 ਕੁਛ ਰੁਪਈਆ, ਹੁਣ ਉਹ ਇਸ ਹਿਸਾਬ ਨਾਲ ਕਹਿੰਦੇ ਜਿਹੜਾ ਸਾਡਾ ਪਿਛਲਾ 15 ਲੱਖ ਸੀ ਉਹ ਤਾਂ ਹਾਲੇ ਤੱਕ ਆਇਆ ਹੀ ਨਹੀਂ, ਕਹਿੰਦੇ ਉਹ ਵੀ ਤਾਂ ਅਸੀਂ ਲੈਣਾ ਨਾ ਹਲੇ ਮੋਦੀ ਸਾਹਿਬ ਤੋਂ, ਕਹਿੰਦੇ ਹੁਣ ਆਹ ਜਿਹੜਾ ਇਹਨਾਂ ਨੇ 20 ਲੱਖ ਕਰੋੜ ਦੀ ਰਕਮ ਜਿਹੜੀ ਕਹੀ ਹੈ ਵੀ ਅਸੀਂ ਭਾਈ ਜਾਰੀ ਕਰਾਂਗੇ, ਕਹਿੰਦੇ ਜੇ ਇਹਨੂੰ ਅਸੀਂ 135 ਕਰੋੜ ਦੀ ਜਨਤਾ 'ਚ ਡਿਵਾਈਡ ਕਰਕੇ ਦੇਖੀਏ ਤਾਂ ਕਹਿੰਦੇ ਇਹ 14,000 ਕੁਛ ਰੁਪਇਆ ਬਣਦਾ, ਤੇ ਕਹਿੰਦੇ ਇਹਦਾ ਮਤਲਬ ਹੁਣ ਮੋਦੀ ਸਾਹਿਬ ਵੱਲ ਸਾਡੇ ਹੋ ਗਏ 15,14,000 ਕੁਛ ਰੁਪਏ, ਹੁਣ ਲੋਕਾਂ ਨੂੰ ਉਮੀਦ ਹੈ ਭਾਈ ਵੀ ਉਹ ਸਾਡੇ ਕੋਲ ਕਦੋਂ ਆਊ। ਲੋਕੀ ਤਾਂ ਪਹਿਲਾਂ ਵੀ ਆਪਣੇ ਪਰਸ ਖੋਲੇ ਬੈਠੇ ਸੀਗੇ ਵੀ ਭਾਈ ਕਦੋਂ ਸਾਡੇ ਕੋਲ ਪੈਸੇ ਮਿਲੂਗਾ, ਦੀ ਨਹੀਂ ਲੋਕੀ ਚੈੱਕ ਕਰ ਰਹੇ ਸੀ ਬੈਂਕਾਂ 'ਚ ਵੀ ਜਿਹੜਾ 15 ਲੱਖ ਪਹਿਲਾਂ ਪਿਆ ਸੀ ਉਹ ਮੁੱਕ ਗਿਆ ਕਿ ਨਹੀਂ, 14,000 ਅਸੀਂ ਕਿੱਥੇ ਰੱਖੀ ਹੈ। ਬਿਲਕੁਲ ਸਹੀ, ਕਿਉਂਕਿ ਨਾ ਦੇਖੋ ਜਦੋਂ ਇਹ ਐਲਾਨ ਕੀਤਾ ਜਾ ਰਿਹਾ ਸੀ ਕਿ ਭਾਈ ਜਿਹੜੀਆਂ ਰਿਜ਼ਰਵ ਬੈਂਕ ਦੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਰਲਾ ਮਿਲਾ ਕੇ ਜੇ ਆਪਾਂ ਭਾਰਤ ਦੀ GDP ਕਹਿੰਦੇ ਜੀ ਦੇਖੀਏ ਤਾਂ ਸਿਰਫ 10% ਬਣਦਾ 20 ਲੱਖ ਕਰੋੜ ਰੁਪਈਆ, ਜਾਣੀ ਇਸ ਤੋਂ ਅੱਗੇ ਹੋਰ ਆਪਾਂ ਇਹਨੂੰ 90% ਹੋਰ ਇਹਨੂੰ ਜੋੜ ਲਈਏ 10% ਬਣਦਾ, ਜਾਣੀ ਜੇ 100% ਕਰਨਾ ਹੋਵੇ ਭਾਈ ਸਮਝ 'ਚੋਂ ਬਾਹਰ ਆ ਕਿ ਕਿੰਨੀਆਂ ਕੁ ਜੀਰੋ ਲੱਗਣੀਆਂ, ਕਿੰਨੇ ਕੁ ਨੋਟ ਹੋਣਗੇ, ਇਹ ਤਾਂ ਸਾਰਾ ਸਮਝ 'ਚੋਂ ਬਾਹਰ ਆ। ਕਹਿੰਦੇ 10% ਹੈਗਾ ਇਹ ਕਿ ਇਹ ਭਾਰਤ ਦੀ GDP ਦੇ ਨਾਲ ਜਿਹੜਾ ਸਿਰਫ 10% ਹਿੱਸਾ ਹੈ। 20 ਲੱਖ ਕਰੋੜ ਰੁਪਈਏ ਦਾ ਜਿਵੇਂ ਹੀ ਐਲਾਨ ਹੋਇਆ, ਵਾਕਈ ਤੁਹਾਡੀ ਗੱਲ ਸਹੀ ਹੈ ਕਿ ਬੰਦੇ ਨੂੰ ਇੱਕ ਵਾਰੀ ਜੇ ਕੋਈ ਅੱਖਾਂ ਵੀ ਮੀਚ ਰਿਹਾ ਸੀ ਨਾ ਉਸ ਵੇਲੇ ਕਿਤੇ ਮਾੜੀ ਮੋਟੀ ਜਿਹਨੂੰ ਨੀਂਦ ਆਉਂਦੀ ਸੀ, ਭੁੜਕ ਕੇ ਉੱਠਿਆ ਸੀਗਾ 20 ਲੱਖ ਕਰੋੜ ਰੁਪਈਆ। ਅਗਲੇ ਨੇ ਨਾਲ ਦੀ ਨਾਲ ਹਿਸਾਬ ਲਾ ਲਿਆ ਵੀ ਲੈ ਵੀ ਹੁਣ ਥੋੜ੍ਹੇ ਜਿਹੇ ਸੌਖੇ ਹੋਵਾਂਗੇ, ਅਗਲੇ ਮਹੀਨੇ ਮੇਰੇ ਖਾਤੇ 'ਚ 1,00,000 ਰੁਪਈਆ ਤਾਂ ਆਊਗਾ ਹੀ ਨਾ। ਬੜੇ ਲੋਕ ਹੁਣ ਤੁਸੀਂ ਲਾ ਲਿਆ ਇਹਨੂੰ 130 ਕਰੋੜ ਦੀ ਆਬਾਦੀ ਦੇ ਨਾਲ, ਪਰ ਉਹ ਕਹਿੰਦੇ ਜੀ ਇਹਦਾ ਜਿਹੜਾ ਫਾਇਦਾ ਹੋਣਾ ਨਾ ਇਹ ਹੋਣਾ ਜਿਹੜਾ ਛੋਟਾ ਵਪਾਰੀ ਆ, ਛੋਟਾ ਵਰਗ ਹੈ, ਗਰੀਬ ਵਰਗ ਹੈ, ਮੱਧ ਵਰਗ ਹੈ, ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਪਾਸੇ ਰੱਖ ਦਿਓ, ਜਾਣੀ 50% 60% ਲੋਕਾਂ ਦੇ ਵਿੱਚ ਵੰਡਿਆ ਜਾਣਾ। ਇਹ 14,000 ਨਹੀਂ, ਇਹ ਮੇਰੇ ਹਿਸਾਬ ਨਾਲ ਜ਼ਿਆਦਾ ਬਣੂਗਾ, 50,000 ਰੁਪਈਆ ਇੱਕ ਬੰਦੇ ਦੇ ਹਿੱਸੇ ਆਊਗਾ, ਇਸ ਲਈ 15 ਲੱਖ ਅਤੇ 50,000 ਰੁਪਈਆ ਬਣੂਗਾ ਇਹ, 14,000 ਤੁਸੀਂ ਘੱਟ ਲਾਤਾ।
ਦੂਜੀ ਗੱਲ ਨਹੀਂ ਤੁਸੀਂ ਕਿ ਹਾਂਜੀ ਬੋਲੋ ਬੋਲੋ ਦੂਜੀ ਗੱਲ ਦੱਸੋ ਪਹਿਲਾਂ ਆਪਣੀ मैं दूजी गल ये दसनी चाहना है कि लोग ना हुण कितना कितने घर बैठ के ना अपने आप नूं यह महसूस कर लग गए सी भी भाई सानूं हुण बाहर घूमना चाहिए। अज मोदी साहब ने लाइव होना तो साढ़े लिए राहत लैके आउणगे भी पा तो खत्म हो जाना लॉकडाउन का कहानी खत्म तो हुण असीं आपका काम कार भी करांगे बाहर भी घूमांगे तो नाल दी नाल मोदी साहब ने ऐलान ये भी करता भाई चौथा लॉकडाउन आ जिहड़ा वह शुरू भी होगा और ये जिहड़ियां हदायतां समां सारनी है वह असी 18 मई तो पहला दस देनी है तो नाल दी नाल इहदियां हदायतां कुछ होर होणगियां नवीं रूपरेखा होगी। तो एक होर ऐलान जिहड़ा उहदे विच मैनू परसनली चंगा लगा वह ये चंगा लगा कि कई विद ट्विस्ट हाँ जी मैं कहा चौथा लॉकडाउन विद ट्विस्ट हाँ जी विद ते नाल दी नाल एक जड़ा सब तो जड़ा मैनू चंगा लगा हुण 20 लाख करोड़ वाला पैकेज कदों लागू हुंदा है कदों नहीं किनू मिलना किनू नहीं मिलना हाले इहदा आउण वाले टाइम दे विच पता लगना पर एक चीज़ मैनू बहुत चंगी लगी इहदे विचों उहदे विचों प्रधानमंत्री साहब कहिंदे जी जिहड़ियां चीज़ां अपने देश दे विच बणदियां ने घरेलू वस्तां ने सानू उहनां दी वरतों वध तों वध करनी चाहीदी है। ਕਹਿੰਦੇ ਜੇ ਅਸੀਂ ਘਰੇਲੂ ਬਣੀਆਂ ਹੋਈਆਂ ਚੀਜ਼ਾਂ ਜਾਣੀ ਸਾਡੇ ਦੇਸ਼ ਦੇ ਵਿੱਚ ਤਿਆਰ ਹੋਣ ਵਾਲੀਆਂ ਚੀਜ਼ਾਂ ਨੂੰ ਜਦੋਂ ਅਸੀਂ ਵੱਧ ਗਿਣਤੀ ਦੇ ਵਿੱਚ ਖਰੀਦਾਂਗੇ ਉਹਨਾਂ ਦੀ ਵਰਤੋਂ ਵੱਧ ਕਰਾਂਗੇ ਤਾਂ ਉਹ ਬ੍ਰਾਂਡ ਬਣਨ 'ਤੇ ਟਾਈਮ ਨਹੀਂ ਲੱਗਣਾ ਸਾਨੂੰ ਲੋੜ ਹੀ ਨਹੀਂ ਹੋਰਾਂ ਤੋਂ ਚੀਜ਼ਾਂ ਖਰੀਦਣ ਦੀ ਹੋਰ ਦੇਸ਼ਾਂ ਦੇ ਨਾਲ ਜਿਹੜਾ ਆਦਾਨ ਪ੍ਰਦਾਨ ਕਰਨ ਦੀ ਇਹ ਅਤੇ ਇਹ ਸਾਨੂੰ ਪਤਾ ਲੱਗ ਗਿਆ ਕਿ ਲੋਕਡਾਊਨ ਦੇ ਵਿੱਚ ਜੇ ਚੀਜ਼ਾਂ ਬਾਹਰੋਂ ਨਹੀਂ ਵੀ ਆਉਣਗੀਆਂ ਤਾਂ ਵੀ ਸਾਡੇ ਦੇਸ਼ ਦਾ ਕੰਮ ਹੈ ਜਿਹੜਾ ਉਹ ਬਿਹਤਰੀ ਦੇ ਨਾਲ ਚੱਲੂਗਾ। ਇਸ ਲਈ ਮੇਰੀ ਅਪੀਲ ਹੈ ਕਿ ਤੁਸੀਂ ਭਾਈ ਘਰੇਲੂ ਵਸਤਾਂ ਦੀ ਵੱਧ ਤੋਂ ਵੱਧ ਵਰਤੋਂ ਕਰੋ ਮੈਨੂੰ ਇਹ ਚੀਜ਼ ਪਰਸਨਲੀ ਚੰਗੀ ਲੱਗੀ। ਨਹੀਂ ਜਿਹੜਾ ਇਹ ਜਦੋਂ ਮਤਲਬ ਆਏ ਸੀਗੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਸੀ ਨਵੇਂ ਨਵੇਂ ਅਤੇ ਉਦੋਂ ਵੀ ਇਹਨਾਂ ਨੇ ਕਿਹਾ ਸੀ ਵੀ ਮੇਕ ਇਨ ਇੰਡੀਆ ਇਹਨਾਂ ਨੇ ਸ਼ੁਰੂ ਕੀਤਾ ਸੀਗਾ ਵੀ ਅਸੀਂ ਮੇਕ ਇਨ ਇੰਡੀਆ ਕਰਨਾ ਵੀ ਇੰਡੀਆ ਦੇ ਵਿੱਚ ਹੁਣ ਅਸੀਂ ਉਤਪਾਦਨ ਕਰਨਾ ਇੰਡੀਆ ਦੇ ਵਿੱਚ ਹੁਣ ਅਸੀਂ ਆਪਣੀ ਚੀਜ਼ਾਂ ਬਣਾਵਾਂਗੇ ਆਤਮ ਨਿਰਭਰ। ਉਦੋਂ ਵੀ ਇਹ ਜਿਹੜਾ ਮਤਲਬ ਹੁਣ ਇਹਨਾਂ ਨੇ ਕੱਲ੍ਹ ਜਿਹੜਾ ਭਾਸ਼ਣ ਦਿੱਤਾ 33 ਮਿੰਟ ਦਾ ਭਾਈ ਇਹ ਭਾਸ਼ਣ ਸੀਗਾ 2800 ਸ਼ਬਦ ਇਹਨਾਂ ਨੇ ਬੋਲੇ ਨੇ ਅਤੇ 28 ਵਾਰ ਆਤਮ ਨਿਰਭਰ ਜਿਹੜਾ ਸ਼ਬਦ ਇਹਨਾਂ ਨੇ ਬੋਲਿਆ ਅਤੇ ਹੁਣ ਇਹਨਾਂ 28 ਵਾਰਾਂ 'ਚ ਇਹਦਾ ਮਤਲਬ ਇਹ ਹੋਇਆ ਵੀ ਜ਼ੋਰ ਜਿਹੜਾ ਸੀਗਾ ਜ਼ਿਆਦਾਤਰ ਆਤਮ ਨਿਰਭਰਤਾ ਦੇ ਉੱਤੇ ਸੀਗਾ ਵੀ ਅਸੀਂ ਆਤਮ ਨਿਰਭਰ ਹੋਈਏ ਵੀ ਅਸੀਂ ਜਿਹੜੀ ਚੀਜ਼ ਉਤਪਾਦਨ ਕਰੀਏ ਜਿਵੇਂ ਕਿ ਤੁਸੀਂ ਕਿਹਾ ਵੀ ਭਾਰਤ ਦੇ ਵਿੱਚ ਹੀ ਕਰੀਏ ਬਾਹਰੋਂ ਦੀ ਸਮਾਨ ਅਸੀਂ ਨਾ ਲੈ ਕੇ ਆਈਏ ਜ਼ਿਆਦਾ ਅਤੇ ਭਾਰਤ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਭਾਈ ਜਿਹੜੇ N95 ਮਾਸਕ ਸੀਗੇ ਉਹ ਕਿੰਨੇ ਕੁ ਬਣ ਰਹੇ ਨੇ ਜਿਹੜੀ PPE ਕਿੱਟਾਂ ਸੀਗੀਆਂ ਉਹ ਕਿੰਨੀਆਂ ਕੁ ਬਣ ਰਹੀਆਂ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਜੋਸ਼ ਵੀ ਬੜਾ ਵਧਾਇਆ ਜਿਹੜੀ ਸੰਸਕ੍ਰਿਤੀ ਦੇ ਵਰਡ ਉਹਨਾਂ ਨੇ ਯੂਜ਼ ਕੀਤੇ ਸੰਸਕ੍ਰਿਤ ਦੇ ਉਹ ਲੋਕਾਂ ਨੂੰ ਅੱਧੇ ਸਮਝ ਆਏ ਅੱਧੇ ਚਲੋ ਬਾਅਦ 'ਚ ਲੋਕਾਂ ਨੇ ਹੁਣ ਉਹਦੇ ਮਤਲਬ ਜੇ ਦੇਖ ਲਏ ਵੀ ਕੀ ਹੁੰਦੇ ਨੇ ਕੀ ਨਹੀਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ TV ਤੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟੇ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਵੀ ਆਹ ਜਿਹੜਾ ਪੈਸਾ ਹੈ ਹੁਣ 20 ਲੱਖ ਕਰੋੜ ਰੁਪਈਆ ਜਿਹਨੂੰ ਕਹਿਣ ਲੱਗੇ ਵੀ ਮੂੰਹ ਭਰ ਜਾਂਦਾ ਹੈ ਵੀ ਇਹ ਪੈਸਾ ਹੁਣ ਪਹੁੰਚਣਾ ਕਿਵੇਂ ਹੈ ਅਤੇ ਕਿੱਥੇ ਕਿੱਥੇ ਪਹੁੰਚਣਾ ਹੈ ਇਹ ਤਾਂ ਹੁਣ ਜਦੋਂ ਸਾਡੇ ਫਾਈਨਾਂਸ ਮਿਨਿਸਟਰ ਲਾਈਵ ਹੋ ਕੇ ਉਹਨਾਂ ਨੇ ਗੱਲਬਾਤ ਕਰ ਰਹੇ ਕਿਉਂਕਿ ਹਲੇ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਉਹ ਹਲੇ ਲਾਈਵ ਹੋਏ ਨਹੀਂ ਹੋਣ ਵਾਲੇ ਨੇ ਕੁਝ ਕੁ ਟਾਈਮ ਤੱਕ ਪਰ ਉਹ ਦੱਸਣਗੇ ਵੀ ਹੁਣ ਇਹ ਪੈਸਾ ਕਿੱਥੇ ਜਾਣਾ ਹੈ ਕਿਸ ਹਿਸਾਬ ਨਾਲ ਖਰਚ ਕਰਨਾ ਹੈ ਕਿੱਥੇ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ ਉਹ ਦੱਸਣਗੇ। ਪਰ ਹੁਣ ਇਹ ਜਿਹੜਾ ਪੈਸਾ ਅਸੀਂ ਨਹੀਂ ਕਹਿੰਦੇ ਵੀ ਮੋਦੀ ਸਾਹਿਬ ਦੀ ਸੋਚ ਮਾੜੀ ਹੈ ਉਹ ਬਈ ਬਿਲਕੁਲ ਸਹੀ ਸੋਚਦੇ ਨੇ ਆਪਣੇ ਵੱਲੋਂ ਵੀ ਹੁਣ ਜਿਹੜਾ ਉਹਨਾਂ ਨੇ ਡਿਸੀਜਨ ਲੈਣਾ ਉਹ ਲੈਣਾ ਪਰ ਜਿਹੜੇ ਨੀਚੇ ਲੈਵਲ ਤੱਕ ਬੈਠੇ ਨੇ ਬੰਦੇ ਵੀ ਹੁਣ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਪੈਸੇ ਹੈ ਕਾਹਦੇ ਵਾਸਤੇ ਹੈ ਲੈਂਡ ਲੇਬਰ ਰੋ ਤੇ ਲਿਕੁਇਡਿਟੀ। ਹੁਣ ਉਹਨਾਂ ਨੇ ਵਿੱਚ ਲੇਬਰ ਦਾ ਵੀ ਵਰਡ ਯੂਜ਼ ਕੀਤਾ ਹੈ ਨਾ ਲੈਂਡ ਦਾ ਵੀ ਕੀਤਾ ਰੋ ਦਾ ਵੀ ਕੀਤਾ। ਹੁਣ ਇਹ ਜਿਹੜੇ ਰੇਤਾ ਬਜਰੀ ਘੁਟਾਲੇ ਹੋਰ ਘੁਟਾਲੇ ਫਲਾਣਾ ਘੁਟਾਲੇ ਢਮਕਾਣਾ ਘੁਟਾਲੇ ਉਹ ਕਿੰਨੀ ਵਾਰ ਸੁਣੇ ਨੇ ਅਸੀਂ ਪਹਿਲਾਂ ਵੀ ਅਤੇ ਉਹਨਾਂ ਦਾ ਬਣਿਆ ਕੁਛ ਹੈ ਨਹੀਂ ਅਤੇ ਹੁਣ ਜਿਹੜੇ ਮੋਦੀ ਸਾਹਿਬ ਚਲੋ ਪੈਸੇ ਜਾਰੀ ਕਰ ਦੇਣਗੇ ਫਿਰ ਉਹ ਜਾਣਗੇ ਸੂਬਾ ਸਰਕਾਰਾਂ ਕੋਲੇ ਉਹ ਤੋਂ ਬਾਅਦ ਉਹ ਜਾਣਗੇ ਥੱਲੇ ਵਾਲੇ ਨੂੰ ਪਾਸੇ। ਹੁਣ ਉਹ ਕਦੋਂ ਫੈਕਟਰੀ ਮਾਲਕਾਂ ਕੋਲ ਪਹੁੰਚਣਗੇ ਕਦੋਂ ਉਹ ਪੈਸਾ ਜਿਹੜਾ ਆਮ ਮਜ਼ਦੂਰ ਹੈ ਜਾਂ ਆਮ ਬੰਦਾ ਹੈ ਜਿਹੜੇ ਜਾਂ ਫਿਰ ਕੰਮ ਕਰਦੇ ਨੇ ਜਿਹੜੇ ਲੋਕ ਜਿੰਨੇ ਵੀ ਵਰਕਰ ਨੇ ਉਹਨਾਂ ਕੋਲ ਕੀ ਪਹੁੰਚਣਾ ਅਤੇ ਕਦੋਂ ਪਹੁੰਚਣਾ ਉਹਦਾ ਕੋਈ ਪਤਾ ਨਹੀਂ। ਉਹ ਕਹਿੰਦੇ ਜੀ ਇਹ ਪੈਸਾ ਤੁਹਾਡੇ ਸਿੱਧੇ ਖਾਤਿਆਂ 'ਚ ਨਹੀਂ ਪਾਉਣਾ ਇਹ ਤਾਂ ਇਕੋਨਮੀ ਚਲਾਉਣ ਵਾਸਤੇ ਹੈ ਇਹਦਾ ਮਤਲਬ ਫਿਰ ਫੈਕਟਰੀਆਂ ਤੱਕ ਪਹੁੰਚਣਗੇ। ਹੁਣ ਉਹਨਾਂ ਦੇ ਵਿੱਚੋਂ ਹੁਣ ਉਹਨਾਂ ਨੇ ਇਹ ਤਾਂ ਦੱਸੀ ਨਹੀਂ ਵੀ ਲੀਡਰਾਂ ਲੂਡਰਾਂ ਨੇ ਕਿੰਨੇ ਕੁ ਪੈਸੇ ਖਾਣੇ ਨੇ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹਨੇ ਵਿੱਚੋਂ ਦੀ ਕਿੰਨੇ ਦਾ ਘੁਟਾਲਾ ਕਰਨਾ ਉਹ ਸਾਰੀ ਚੀਜ਼ਾਂ ਤਾਂ ਹਲੇ ਆਉਣ ਵਾਲਾ ਟਾਈਮ ਦੱਸੂਗਾ ਨਾ ਵੀ ਇਹ ਪੈਸੇ ਗੱਲ ਹੁਣ ਗੱਲ ਤਾਂ ਉਹੀ ਆਉਂਦੀ ਹੈ ਅਸੀਂ ਵਾਰ ਵਾਰ ਇੱਕੋ ਗੱਲ ਕਹਿੰਦੇ ਹਾਂ ਵੀ ਮੋਦੀ ਸਾਹਿਬ ਜੋ ਕਰਦੇ ਨੇ ਉਹ ਆਪਣੇ ਵੱਲੋਂ ਉਹਨਾਂ ਨੇ ਫੈਸਲਾ ਚੰਗਾ ਕਰ ਲਿਆ ਪਰ ਜਿਨ੍ਹਾਂ ਕੋਲ ਥੱਲੇ ਜਾ ਕੇ ਜਿਨ੍ਹਾਂ ਨੇ ਉਹਨੂੰ ਇੰਪਲੀਮੈਂਟ ਕਰਨਾ ਉਸ ਪਲਾਨ ਨੂੰ ਉਹ ਕਿਸ ਤਰੀਕੇ ਨਾਲ ਪਲਾਨ ਕਰਦੇ ਨੇ ਕਿਸ ਤਰੀਕੇ ਨਾਲ ਇੰਪਲੀਮੈਂਟ ਕਰਦੇ ਨੇ ਉਹ ਤਾਂ ਉਹਨਾਂ 'ਤੇ ਡਿਪੈਂਡ ਕਰਦਾ। ਹੁਣ ਇਹਨਾਂ ਤੋਂ ਜੇ ਮੋਟਾ ਮੋਟਾ ਪੈਸਾ ਲਾ ਕੇ ਦੇਖੋ ਕੌੜਾ ਸਾਹਿਬ ਇਹ ਨਾ ਇਹ ਸਾਡੇ ਸਮਾਜ ਦਾ ਇੱਕ ਧਾਰਨਾ ਬਣ ਗਈ ਇੱਕ ਹਿੱਸਾ ਬਣ ਗਿਆ
कि भाई पैसा भावें तो 20 लाख करोड़ रुपया होवे ते 20 करोड़ होवे 20 लाख होवे चाहे होवे 20 रुपए ठीक है जे 20 रुपए भी सरकार दे वल्लों जारी होए ना तो जिथे पहुँचने ने उथे पहुँचने 5 रुपये ही है जां 5 ते हद 7-8 रुपये ए एक हिस्सा बन गया साढ़े सिस्टम का इस करके आपां बालियां गल्लां ना करिए इन्ना दिमाग खर्च ना करिए 20 लाख करोड़ रुपया कौड़ा साहब इहदा हिसाब करदिया करदिया अपना प्रोग्राम लंघ जाणा अपना प्रोग्राम खत्म हो जाणा समा खत्म हो जाणा आपां तां इही उम्मीद करदे आ वी भाई जिन्ना पैसा जारी होया सही थां ते सही टिकाणे ते सही समें ते पहुँचे तां इहदा फायदा नहीं तां 20 लाख करोड़ रुपया कह के सिर्फ तुसीं भरमा नहीं सकते लोगों जमीनी पद्धर से जरूरतों की लोड़ है लोगों जरूरत है कि उन्हां तक सहूलत पहुँचन कल्लियां गल्लां नाल ढिड नहीं भरने ग्राउंड लैवल की गल करिए जिवें पहला भी असं क्या भी लॉकडाउन का फैसला बहुत वधिया फैसला सीगा जिवें पहला मोदी साहब ने 22 तरीक नूं करता सीगा जनता करफ्यू हुण बहुत वधिया तरीके नाल जनता करफ्यू नूं लागू किया पर दूसरा फैसला जिहड़ा ताड़ियां मारन वाला ते भांडे खड़काउण वाला देता ते 5 बजे तो बाद पूरे जनता करफ्यू की जिहड़ी रेल बनाई है लोगों ने वह बहुत चंगे तरीके नाल रेल बनाई ते धजी उहदी किस तरीके नाल लड़ाई वह भी सारे ने देखी है हुण साडे वालियां दी गल उत्थी इंप्लीमेंटेशन दी आंदी है चाहे वह करनी होवे लीडरां ने चाहे वह करनी होवे आम बंदे ने चाहे वह करनी होवे अफसरां ने वह करने अपने तरीके नाल ही है कई भावें उन्होंने जो मर्जी जाओ लॉकडाउन की जिवें असीं गल कर रहे सी कि वी लॉकडाउन की गल कीती सी बहुत वधिया तरीका पर थले वाले लैवल ते किस तरीके नाल उह इंप्लीमेंट होया वह भी सारे ने देखिया हुण जिहड़ा पैसा सरकार ने दिता कहिंदे वी जी पंजाब नूं उहनां ने 638 करोड़ रुपया देता भी इहनूं तुसीं लोकां वास्ते यूज़ कर लो हुण जिहड़ियां बसां चल पईआं ट्रेनां चल पईआं सारा कुछ चल पिया पर हुण सिमरजीत बैंस हो रही हुण बैंस होई पई है सारे पासे बंटी बैंस ने समझ लो सिमरजीत बैंस दी गल कीती है उह क्यों होई पई है ਉਹ ਇਸ ਕਰਕੇ ਹੋਈ ਪਈ ਹੈ ਵੀ ਭਾਈ ਉਹ ਲਾਈਵ ਹੋ ਜਾਂਦੇ ਨੇ ਜਾ ਕੇ ਹੁਣ ਨਵਜੋਤ ਸਿੰਘ ਸਿੱਧੂ ਵਾਲੇ ਪਾਸੇ ਨੂੰ ਜਾ ਕੇ ਪਹਿਲਾਂ ਹਲਕੇ 'ਚ ਉੱਧਰ ਲਾਈਵ ਹੋਏ ਬੈਠੇ ਸੀਗੇ ਉਹ ਕਹਿੰਦੇ ਭਾਈ ਇੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਕੁਛ ਨਹੀਂ ਪਹੁੰਚ ਰਿਹਾ ਇੱਥੇ ਵੀ ਤੁਸੀਂ ਕਹਿੰਦੇ ਵੀ ਅਸੀਂ ਰਾਸ਼ਨ ਦੇ ਰਹੇ ਹਾਂ ਅਸੀਂ ਲੋਕਾਂ ਦੀ ਸਾਰੀਆਂ ਸਹੂਲਤਾਂ ਪੂਰੀ ਕਰ ਰਹੇ ਹਾਂ ਫਿਰ ਲੋਕ ਧਰਨੇ 'ਤੇ ਕਾਹਨੂੰ ਬੈਠੇ ਨੇ ਹੁਣ ਉਹ ਲਾਈਵ ਹੋ ਗਏ ਸੀਗੇ ਬੱਸ ਅੱਡੇ 'ਤੇ ਜਾ ਕੇ ਜੁਝਾਰ ਵਾਲਿਆਂ ਦੀ ਬੱਸ ਸੀਗੀ ਅਤੇ ਉੱਥੇ ਜਾ ਕੇ ਉਹਨਾਂ ਨੇ ਪੁੱਛਿਆ ਵੀ ਭਾਈ ਆਮ ਲੋਕਾਂ ਨੂੰ ਜਿਹੜੇ ਉੱਥੇ ਸਵਾਰੀਆਂ ਸੀਗੀਆਂ ਵੀ ਤੁਸੀਂ ਕਿੰਨੇ ਪੈਸੇ ਦੇ ਰਹੇ ਹੋ ਉਹ ਕਹਿੰਦੇ ਵੀ ਅਸੀਂ 3300 ਰੁਪਇਆ ਦੇ ਰਹੇ ਹਾਂ ਅਤੇ ਉਹ ਕਹਿੰਦੇ ਕਿਹੜੇ ਵਾਲੇ ਪਾਸੇ ਜਾਣਾ ਤੁਸੀਂ ਉਹ ਕਹਿੰਦੇ ਯੂਪੀ ਵਾਲੇ ਪਾਸੇ ਉਹ ਕਹਿੰਦੇ ਵੈਸੇ ਕਿੰਨਾ ਲੱਗਦਾ ਉਹ ਕਹਿੰਦੇ 650 ਰੁਪਇਆ ਲੱਗਦਾ ਕਹਿੰਦੇ ਵੀ ਜੇ ਇਸ ਟਾਈਮ ਦੇ ਵਿੱਚ ਮਹਾਮਾਰੀ ਦੇ ਵਿੱਚ ਤੁਸੀਂ ਇੰਨੇ ਇੰਨੇ ਪੈਸੇ ਲੋਕਾਂ ਤੋਂ ਵੱਧ ਲੈ ਰਹੇ ਹੋ ਉਹ ਵੀ ਪ੍ਰਾਈਵੇਟ ਵਾਲੇ ਤਾਂ ਫਿਰ ਮਤਲਬ ਲੋਕਾਂ ਦੀ ਤਾਂ ਲੁੱਟ ਖੋ ਪਹਿਲਾਂ ਹੀ ਸ਼ੁਰੂ ਹੋਈ ਪਈ ਹੈ ਉਹ ਕਹਿੰਦੇ ਉਹਨਾਂ ਨੇ ਬੁਲਾ ਲਿਆ ਕਹਿੰਦੇ ਮੈਨੇਜਰ ਮਨੂਜਰ ਕਿਹੜਾ ਕਹਿੰਦੇ ਉਹਨੇ ਮੈਨੇਜਰ ਨੂੰ ਬੁਲਾਓ ਉਹਦੇ ਨਾਲ ਗੱਲ ਕੀਤੀ ਕਹਿੰਦੇ ਤੁਹਾਡੇ ਕੋਲ ਪਰਮਿਟ ਹੈਗਾ ਇਹ ਕਿਹਨੇ ਆਧਾਰਿਤ ਕੀਤਾ ਹੈ ਵੀ 3300 ਰੁਪਇਆ ਤੁਸੀਂ ਲੈਣਾ 650 ਦੀ ਜਗ੍ਹਾ ਉਹ ਕਹਿੰਦੇ ਸਾਨੂੰ ਤਾਂ ਜੀ ਡੀਸੀ ਸਾਹਿਬ ਨੇ ਕਿਹਾ ਭਾਈ ਉਹਨਾਂ ਨੇ ਬੈਂਸ ਸਾਹਿਬ ਨੇ ਡੀਸੀ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਮੀਟਿੰਗ ਮੂਟਿੰਗ 'ਚ ਸੀਗੇ ਕਿਤੇ ਉਹਨਾਂ ਨੂੰ ਮੈਂ ਕਿਹਾ ਵੀ ਬਸ ਮੇਰੀ ਮਾੜੀ ਜਿਹੀ ਗੱਲ ਸੁਣ ਲਓ ਮੈਨੂੰ ਇੰਨਾ ਦੱਸੋ ਵੀ ਪਰਮਿਸ਼ਨ ਦਿੱਤੀ ਹੈ ਕਿ ਨਹੀਂ ਦਿੱਤੀ ਤੇ ਆ ਜਿਹੜੀ ਰਕਮ ਇਹ ਨਿਰਧਾਰਿਤ ਤੁਸੀਂ ਕੀਤੀ ਹੈ ਟਿਕਟਾਂ ਦੀ ਕਿ ਨਹੀਂ ਕੀਤੀ ਉਹ ਕਹਿੰਦੇ ਜੀ ਅਸੀਂ ਤਾਂ ਨਹੀਂ ਕੀਤੀ ਡੀਸੀ ਸਾਹਿਬ ਕਹਿੰਦੇ ਇਹਦਾ ਮਤਲਬ ਵੀ ਇਹ ਜਿਹੜੀ ਪਰਮਿਸ਼ਨ ਇਹਨਾਂ ਨੂੰ ਦੇਤੀ ਪ੍ਰਾਈਵੇਟ ਬੱਸਾਂ ਨੂੰ ਇਹ ਕਿਹਨੇ ਦੇਤੀ ਚਲਾਉਣ ਵਾਸਤੇ ਤੇ ਇੰਨਾ ਇੰਨਾ ਪੈਸਾ ਲੈਣ ਵਾਸਤੇ ਕਹਿੰਦੇ ਦਿੱਲੀ ਜਾਣ ਵਾਸਤੇ 300 ਰੁਪਇਆ ਲੱਗਦਾ ਇਹ 1200 ਰੁਪਇਆ ਲੈਂਦੇ ਨੇ ਦੂਸਰੀ ਗੱਲ ਆ ਗਈ ਜਾਂਚ ਦੀ ਕਹਿੰਦੇ ਵੀ ਹਰ ਇੱਕ ਚੀਜ਼ ਬੰਦਾ ਜਿਹੜਾ ਜਾਊਗਾ ਜਿਹੜੀਆਂ ਸਵਾਰੀਆਂ ਜਾਣਗੇ ਉਹ ਜਾਂਚ ਹੋ ਕੇ ਜਾਊਗੀ ਵੀ ਕਰੋਨਾ ਵਾਇਰਸ ਦੀ ਰਿਪੋਰਟ ਉਹਨਾਂ ਦੀ ਸਕਰੀਨਿੰਗ ਮਤਲਬ ਹੋਊਗੀ ਉਹਨਾਂ ਦੀ ਉੱਧਰ ਉਹਨਾਂ ਨੂੰ ਪੁੱਛਿਆ ਕਹਿੰਦੇ ਵੀ ਤੁਹਾਡੀ ਸਕਰੀਨਿੰਗ ਹੋਈ ਹੈ ਤੁਹਾਡੀ ਕਰੋਨਾ ਦਾ ਟੈਸਟ ਟੂਸਟ ਕਿਸੇ ਤਰੀਕੇ ਨਾਲ ਕੀਤਾ ਕਹਿੰਦੇ ਹਾਂਜੀ ਸਾਡਾ ਇਹਨਾਂ ਨੇ ਬੁਖਾਰ ਚੈੱਕ ਕੀਤਾ ਸੀ ਕਹਿੰਦੇ ਉਹ ਕਿਵੇਂ ਕੀਤਾ ਸੀ ਕਹਿੰਦੇ ਬੱਸਾਂ 'ਚ ਕੀਤਾ ਸੀ ਜੀ ਡਾਕਟਰ ਸਾਹਿਬ ਆਏ ਸੀ ਹੁਣ ਪਤਾ ਨਹੀਂ ਕਿਹੜੇ ਡਾਕਟਰ ਸਾਹਿਬ ਆਏ ਸੀ ਜਿਹੜੇ ਬੱਸਾਂ 'ਚ ਹੀ ਬਹਿ ਕੇ ਸਵਾਰੀਆਂ ਦਾ ਬੁਖਾਰ ਚੈੱਕ ਕਰਕੇ ਚਲੇ ਗਏ ਕਿਉਂਕਿ ਅਸੀਂ ਤਾਂ ਪਹਿਲਾਂ ਹੀ ਕਈ ਵਾਰ ਸੁਣ ਚੁੱਕੇ ਵੀ ਭਾਈ ਜਿਹੜੇ ਲੱਛਣ ਨੇ ਹੁਣ ਤਾਂ ਉਹ ਪਤਾ ਵੀ ਨਹੀਂ ਲੱਗ ਰਹੇ ਕਰੋਨਾ ਵਾਇਰਸ ਦੇ ਕਿਹਦੇ 'ਚ ਕਰੋਨਾ ਹੋਵੇ ਕਿਹਦੇ 'ਚ ਨਾ ਹੋਵੇ ਇਕੱਲਾ ਬੁਖਾਰ ਚੈੱਕ ਕਰਨ ਨਾਲ ਤਾਂ ਉਹਦੇ ਨਹੀਂ ਪਤਾ ਲੱਗਣਾ ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਗੱਲਾਂ ਬੋਲੀਆਂ ਜਿਹੜੀਆਂ ਪਰਤਾਂ ਫੋਲੀਆਂ ਜਿਹੜੀ ਇਹਨਾਂ ਦੀ ਪੋਲ ਪੱਟੀ ਖੋਲੀ ਸਾਰਿਆਂ ਦੀ ਉਹ ਕਹਿੰਦੇ ਜੀ ਆਹ ਜਿਹੜੇ ਬੱਸ ਵਾਲੇ ਹੈਗੇ ਨੇ ਜਿਹੜੀ ਪ੍ਰਾਈਵੇਟ ਇਹ ਕੰਪਨੀ ਹੈ ਟਰਾਂਸਪੋਰਟ ਹੈਗੀ ਹੈ ਜਿਹੜੀ ਮਾਫੀਆ ਉਹਨਾਂ ਨੇ ਕਿਹਾ ਕਹਿੰਦੇ ਵੀ ਇਹਨਾਂ ਦਾ ਜੀ ਇੱਕ ਚੈਨਲ ਵੀ ਹੈਗਾ ਕਹਿੰਦੇ ਉੱਥੋਂ ਦੀ 3 ਕਰੋੜ ਰੁਪਇਆ ਕਹਿੰਦੇ ਬਠਿੰਡੇ ਬਾਦਲਾਂ ਨੂੰ ਜਾਂਦਾ ਸੀ ਇੱਕ ਦਿਨ ਦਾ ਕਹਿੰਦੇ ਫਿਰ ਉਸ ਤੋਂ ਬਾਅਦ ਪਟਿਆਲੇ ਜਾਣਾ ਸ਼ੁਰੂ ਹੋ ਗਿਆ ਵੀ ਜੇ ਡੀਸੀ ਸਾਹਿਬ ਜਦੋਂ ਉੱਪਰੋਂ ਦੀ ਸ਼ਹਿ ਹੋਵੇ ਕਹਿੰਦੇ ਵੀ ਫਿਰ ਡੀਸੀ ਕੌਣ ਹੁੰਦਾ ਰੋਕਣ ਵਾਲਾ ਇਹਨਾਂ ਨੂੰ ਤੇ ਨਾਲ ਦੇ ਨਾਲ ਪੁਲਿਸ ਵਾਲੇ ਕਿਵੇਂ ਰੋਕ ਲੈਣਗੇ ਜਿਹੜੇ ਨਾਕਿਆਂ ਤੇ ਤਨਾਤ ਨੇ ਕਿਉਂਕਿ ਚੱਲੀਆਂ ਤਾਂ ਸਰਕਾਰੀ ਨੇ ਪ੍ਰਾਈਵੇਟ ਬੱਸਾਂ ਨੂੰ ਤਾਂ ਚੱਲਣ ਦੀ ਹਾਲੇ ਇਜਾਜ਼ਤ ਹੀ ਨਹੀਂ ਫਿਰ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਪੁਲਿਸ ਵਾਲੇ ਰੋਕ ਨਹੀਂ ਰਹੇ ਇਹਦਾ ਮਤਲਬ ਵੀ ਸ਼ਹਿ ਤਾਂ ਫਿਰ ਕਿਤੋਂ ਹੋਰ ਮਿਲੀ ਹੋਈ ਹੈ ਨਾ ਇਹ ਸਾਰੀ ਜਿਹੜੀ ਪੋਲ ਪੱਟੀ ਇਸ ਵੇਲੇ ਖੁੱਲਦੀ ਹੈ ਵੀ ਲੁੱਟ ਖੋ ਹੁਣ ਮੋਦੀ ਸਾਹਿਬ ਤਾਂ ਕਹਿੰਦੇ ਜੀ ਬਹੁਤ ਚੰਗੇ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੁਣ ਜਿਹੜੀਆਂ ਥੱਲੇ ਵਾਲੇ ਲੈਵਲ ਤੇ ਗਰਾਊਂਡ ਲੈਵਲ ਦੀ ਜੇ ਅਸੀਂ ਗੱਲ ਦੇਖੀਏ ਲੁੱਟ ਖੋ ਕਿਸ ਤਰੀਕੇ ਨਾਲ ਚੱਲ ਰਹੀ ਹੈ ਉਹ ਵੱਖਰੀ ਚੱਲ ਰਹੀ ਹੈ ਵੀ ਉਹਨੂੰ ਕੌਣ ਦੇਖੂਗਾ ਹੁਣ ਜਿਹੜਾ ਇਹ ਤੁਸੀਂ 20 ਲੱਖ ਕਰੋੜ ਰੁਪਈਆ ਤਾਂ ਤੁਸੀਂ ਕਹਿਤਾ ਵੀ ਅਸੀਂ ਦੇਵਾਂਗੇ ਹੁਣ ਲੋਕਾਂ ਤੱਕ ਕਿੱਥੋਂ ਪਹੁੰਚੂਗਾ ਕਿਸ ਤਰੀਕੇ ਨਾਲ ਪਹੁੰਚੂਗਾ ਪਹੁੰਚੂਗਾ ਵੀ ਕਿ ਨਹੀਂ ਇਹ ਕੌਣ ਦੇਖੂਗਾ ਕਿ ਲੁੱਟ ਖੋ ਫਿਰ ਲੋਕਾਂ ਦੀ ਉਵੇਂ ਚੱਲੂਗੀ
देखो ये कोई पहला मामला थोड़ी है, ये नवजोत सिंह सिद्धू होरी मैनूं याद आ रहा कहिंदे जी इन्हां दा आपस दे विच जिहड़ा वह फ्रेंडली मैच चली जाता, कोई पहला केस थोड़ी है कौड़ा साहब। ये नाले बैंसोरां दी गल करिए, बैंसोरी एक चीज़ ते जरूर पहरा दिंदे ने, नाल दी नाल उन्हां दा एक वह बनिया होया कि जिहड़े सिमरजीत सिंह बैंसोरी आ वह लाइव हो के रेड परेड मारते हैं, तो अफसर दियाँ पोलां खोलते हैं, तो करप्ट सिस्टम दियाँ पोलां खोलते हैं। हाँ ये भी उन्होंने एक चंगी पोल खोली आ, वह गए ने और लाइव भी होया मीडिया के सामने, उन्होंने ये सारा कुछ बोलिया। हुण बिल्कुल सीधे सीधे सवाल जिहड़े बैंस साहब ने उठाए आ, तो नाल दी नाल ये करने बनते भी आ, क्योंकि जिहड़ा सिस्टम है, सिस्टम ये कहिंदा कि तुहाडे कोले सरकारी बसां हैगियां पी आर टी सी दियाँ, थोड़े को जड़ियाँ सरकारी बसा सरकार दियाँ है, तुसी उन्हां तो कम लै सकते हो। जुझार बस नू ए परमिट देन दी जरूरत क्यों पैंदी है, पहली गल तां इह है। हुण कल्ली जुझार नहीं, होर भी बहुत सारिया बसा हैगियां जिन्हां नू इदां दियां परमिशनां मिलियां, ते नाल दी नाल उह इस वेले महामारी दे दौरान जिथे लोगों की मदद कर रही आपदे ढिड भरन ते लगे हुए आ, पर जिहड़ियां गल्लां उन्होंने वो कीतियां सी जिहड़ी तुसीं वी विच बोली कि भाई इन्हां नूं पहलां 3 करोड़ रुपया जिहड़ा सीगा वह पहलां बठिंडे वाले पासे जांदा सी ते हुण पटियाले जांदा, सियासी बयानबाजियां मैं मन्नूंगा कि इन्हां विच सियासी बयानबाजियां, इहदे विच सच्चाई होवे जां ना होवे बाद दी गल आ, जांच ये जांच दा विशा। तां सिमरजीत सिंह बैंस जां फिर सुखपाल सिंह खहरा जां बाकी पार्टियां दी गल कर लईए, भगवंत मान दी गल कर लईए, ठीक है सत्ता धिर ते सवाल उठाने बनते भी आ, तो जे सत्ता धिर सही तरीके काम नहीं करती तो जिहड़ियां विरोधी पार्टियां होंदियां उन्हां दा फर्ज भी हुंदा है कि सरकार नूं हलाउंदे रहन हलूणदे रहन। तां इस मसले दे विच जिहड़े प्रवासी मजदूर आ सब तों वड्डा शिकार वह होए ने, प्रवासी मजदूर जिहड़े इधरले पासे आ के मजदूरी करदे ने ते उहनां नूं किते ना किते हुण अपने घर वापस जाण दे लाले पए होए आ। ਇਹ ਤਾਂ ਚਲੋ ਬੱਸਾਂ ਦੇ ਵਿੱਚ ਜਾ ਹੀ ਰਹੇ ਆ, ਬੱਸਾਂ ਸਟਾਰਟ ਹੋ ਗਈਆਂ, ਇਸ ਤੋਂ ਪਹਿਲਾਂ ਅਨੂ ਤੁਹਾਨੂੰ ਪਤਾ ਹੋਣਾ, ਸਾਰੇ ਸਾਡੇ ਵਿਵਰਸ ਨੂੰ ਵੀ ਪਤਾ ਵੀ ਪੈਦਲ ਜਾਂਦੇ ਲੋਕ ਸੀ ਜਿਹੜੇ ਮਜ਼ਦੂਰ ਜਿਹੜੇ ਪੈਦਲ ਜਾਂਦੇ ਸੀਗੇ ਉਹਨਾਂ ਦਾ ਕਿੰਨਾ ਬੁਰਾ ਹਾਲ ਸੀਗਾ, ਬਹੁਤ ਸਾਰੀਆਂ ਵੀਡੀਓ ਅਸੀਂ ਦੇਖੀਆਂ, ਬਹੁਤ ਸਾਰੇ ਖਬਰਾਂ ਦੇ ਵਿੱਚ ਅਸੀਂ ਇਹ ਦੇਖਦੇ ਰਹੇ ਕਿ ਜਿਹੜੇ ਮਜ਼ਦੂਰ ਨੇ ਉਹ ਕਿਤੇ ਨਾ ਕਿਤੇ ਬੱਚਿਆਂ ਨੂੰ ਨਾਲ ਲੈ ਕੇ ਕਈ 100 ਕਿਲੋਮੀਟਰ ਦਾ ਪੈਂਡਾ ਜਿਹੜਾ ਤੈਅ ਕਰਨ ਦੇ ਲਈ ਮਜਬੂਰ ਸੀਗੇ, ਅਤੇ ਜਿਹੜੇ ਕੁਛ ਮਜ਼ਦੂਰ ਜਿਹੜੇ ਲਾਈਨਾਂ 'ਤੇ ਜਾ ਕੇ ਸੌ ਗਏ ਸੀਗੇ ਉਹਨਾਂ ਦੀ ਵੀ ਜਿਹੜਾ ਟ੍ਰੇਨ ਥੱਲੇ ਆ ਕੇ ਮੌਤ ਹੋ ਗਈ ਸੀ, ਮਜਬੂਰੀਆਂ ਸੀ। ਸਭ ਤੋਂ ਵੱਡਾ ਸ਼ਿਕਾਰ ਜਿਹੜੇ ਹੋਏ ਆ ਉਹ ਪ੍ਰਵਾਸੀ ਮਜ਼ਦੂਰ ਹੋਏ ਆ, ਜੇਕਰ ਪੰਜਾਬ ਦੀ ਗੱਲ ਕਰੀਏ। ਚਲੋ ਇਹ ਵੀ ਇੱਕ ਪਾਸੇ, ਨਾਲ ਦੀ ਨਾਲ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਕਿ ਲੀਡਰ ਸਾਹਿਬਾਨ ਇਸ ਵੇਲੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਪੂਰੇ ਪੂਰੇ ਜਿਹੜੇ ਆ ਤਤਪਰ ਨੇ ਉਹ ਲਗਾਤਾਰ ਲੱਗੇ ਹੋਏ ਆ, ਦਿਖਦਾ ਵੀ ਆ ਇਹਨਾਂ ਨੂੰ ਕਿਤੇ ਨਾ ਕਿਤੇ ਕਿ ਲੋਕਡਾਊਨ ਖੁੱਲਦਾ ਜਾਂਦਾ ਹੌਲੀ ਹੌਲੀ, ਹੁਣ ਅਸੀਂ ਕੀਤਾ ਕਰਾਇਆ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਪਰ ਜੇ ਆਪਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰ ਲਈਏ ਜੀ, ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਜੀ ਹੁਣ ਜਿੱਤੇਗਾ ਪੰਜਾਬ ਟਿਕਟੋਕ ਦੇ ਨਾਲ। ਅੱਛਾ, ਟਿਕਟੋਕ ਦੇ ਨਾਲ ਹੁਣ ਕਹਿੰਦੇ ਜੀ ਅਸੀਂ ਬਿਲਕੁਲ ਜੀ ਹੁਣ ਤਾਂ ਟਿਕਟੋਕ ਦੇ ਨਾਲ ਪੰਜਾਬ ਜਿੱਤੇਗਾ। ਪਹਿਲਾਂ ਉਹਨਾਂ ਨੇ ਚੈਨਲ ਚਲਾਇਆ ਜਿੱਤੇਗਾ ਪੰਜਾਬ, ਹੁਣ ਉਹ ਆ ਗਏ ਨੇ ਭਾਈ ਟਿਕਟੋਕ 'ਤੇ। ਉਹ ਕਹਿੰਦੇ ਵੀ ਕੋਈ ਚੱਕਰ ਨਹੀਂ, ਜੋ ਮਰਜ਼ੀ ਹੋਵੇ, ਦੁਨੀਆ ਇੱਧਰ ਦੀ ਇੱਧਰ ਹੋ ਜਾਵੇ, ਆਪਾਂ ਤਾਂ ਲੈਣੇ ਆ ਨਜ਼ਾਰੇ। ਅੱਛਾ, ਇਦੋਂ ਪਹਿਲਾਂ ਸਰਕਾਰਾਂ ਦੀਆਂ ਪੋਲਾਂ ਜਿਹੜੀਆਂ ਮੈਂ ਸਟੇਜਾਂ 'ਤੇ ਖੋਲ੍ਹਦਾ ਰਿਹਾ, ਫਿਰ ਮੈਂ ਚੈਨਲ ਖੋਲ੍ਹ ਲਿਆ ਆਪਣਾ ਯੂਟਿਊਬ, ਉਹਦੇ 'ਤੇ ਕੋਸ਼ਿਸ਼ ਕੀਤੀ, ਗੱਲ ਜੀ ਨਹੀਂ ਬਣੀ। ਹੁਣ ਫਿਰ ਉਹ ਤੋਂ ਬਾਅਦ ਉਹ ਟਿਕਟੋਕ 'ਤੇ ਆ ਗਏ ਆ। ਟਿਕਟੋਕ ਦੀ ਵੀਡੀਓ ਜਿਹੜੀ ਤੁਸੀਂ ਇੱਕ ਦੇਖੀ ਹੋਣੀ ਆ, ਉਹਦੇ ਵਿੱਚ ਬੜੇ ਆਪਣੇ ਜਿਹੜਾ ਇੱਕ ਅੰਦਾਜ਼ ਉਹਨਾਂ ਦਾ ਜਿਹੜਾ ਮਸ਼ਹੂਰ ਹੈ ਠੋਕੋ ਤਾਲੀ ਵਾਲਾ, ਅਤੇ ਨਾਲ ਦੀ ਨਾਲ ਬਾਹਾਂ ਇੱਧਰੋਂ ਮਾਰਦੇ ਨੇ ਇੱਧਰੋਂ ਮਾਰਦੇ ਨੇ, ਬਾਹਾਂ ਮਾਰ ਮਾਰ ਕੇ ਕਹਿੰਦੇ ਨੇ ਆ ਜਾਓ ਟਿਕਾਣੇ 'ਤੇ, ਆ ਜਾਓ ਫੋਲੋ ਕਰ ਲਓ ਅਤੇ ਆ ਜਾਓ ਫਿਰ ਟਿਕਟੋਕ 'ਤੇ, ਤੁਹਾਨੂੰ ਦੱਸੀਏ ਸਿਆਸਤ ਕਿਵੇਂ ਹੁੰਦੀ ਆ। ਹੁਣ ਜਿਹੜੀ ਸਿਆਸਤ ਆ ਉਹ ਨਵਜੋਤ ਸਿੰਘ ਸਿੱਧੂ ਹੋਰੀ ਟਿਕਟੋਕ 'ਤੇ ਕਰਨਗੇ। ਕੌੜਾ ਸਾਹਿਬ ਕੀ ਨਜ਼ਰੀਆ, ਫਿਰ ਟਿਕਟੋਕ ਸੁਧਾਰੂਗਾ ਪੰਜਾਬ ਨੂੰ? ਨਹੀਂ ਦੇਖੋ, ਇੱਧਰ ਨਾ ਸਿੱਧੂ ਸਾਹਿਬ ਦੀ ਜੇ ਗੱਲ ਕਰੀਏ, ਇਹ ਨਹੀਂ ਸਮਝ ਆਉਂਦੀ ਵੀ ਇਹ ਹੁਣ ਕਿਹੜੇ ਚੱਕਰਾਂ 'ਚ ਪੈ ਗਏ। ਹੁਣ ਸਿੱਧੂ ਸਾਹਿਬ ਨੇ ਜਦੋਂ ਜਿਵੇਂ ਕਿ ਤੁਸੀਂ ਕਿਹਾ ਵੀ ਪਹਿਲਾਂ ਉਹਨਾਂ ਨੇ ਚੈਨਲ ਖੋਲ੍ਹਿਆ ਸੀ ਯੂਟਿਊਬ 'ਤੇ ਵੀ ਜਿੱਤੇਗਾ ਪੰਜਾਬ, ਉਹਦੇ ਵਿੱਚ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਚਲੋ ਉਮੀਦ ਸੀਗੀ, ਅਸੀਂ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਬੜੀ ਉਮੀਦਾਂ ਸੀਗੀਆਂ ਉਹਨਾਂ ਤੋਂ ਵੀ ਬਹੁਤ ਪੋਲ ਪੱਟੇ ਖੋਲ੍ਹਣਗੇ, ਕਿਉਂਕਿ ਜਦੋਂ ਉਹਨਾਂ ਨੂੰ ਅਹੁਦਾ ਦਿੱਤਾ ਸੀਗਾ ਉਦੋਂ ਉਹਨਾਂ ਨੇ ਪੋਲ ਪੱਟੀਆਂ ਖੋਲ੍ਹੀਆਂ ਸ਼ੁਰੂ ਕੀਤੀਆਂ ਅਤੇ ਉਹਨਾਂ ਨੂੰ ਫਿਰ ਇੱਧਰ ਉੱਧਰ ਕੀ ਰਾਜਨੀਤੀ ਚੱਲੀ ਸਾਰਿਆਂ ਨੂੰ ਪਤਾ ਹੈ। ਪਰ ਹੁਣ ਜਦੋਂ ਉਹਨਾਂ ਨੇ ਚੈਨਲ ਖੋਲ੍ਹਿਆ ਉਦੋਂ ਲੋਕਾਂ ਨੂੰ ਵਿੱਚ ਵੀ ਪੋਲ ਪੱਟੀਆਂ ਖੋਲ੍ਹਣਗੇ, ਪਰ ਉਹ ਹੋਰ ਹੀ ਚੱਕਰਾਂ 'ਚ ਪੈ ਗਏ।
ਉਹ ਤਿੰਨ ਚਾਰ ਮੇਰੇ ਖਿਆਲ ਨਾਲ ਐਂਗਲਾਂ ਤੋਂ ਆਪਣੀ ਵੀਡੀਓ ਬਣਾਉਂਦੇ ਨੇ, ਐਨ ਤਰੀਕੇ ਨਾਲ ਐਡਿਟ ਉਹਨੂੰ ਐਡਿਟ ਕਰਾਉਂਦੇ ਨੇ ਉਹਨੂੰ, ਅਤੇ ਫਿਰ ਲੋਕਾਂ ਨੂੰ ਚਾਰ ਪੰਜ ਗੱਲਾਂ ਸਮਝਾਉਂਦੇ ਨੇ ਜਿਹੜੀਆਂ ਲੋਕਾਂ ਨੂੰ ਪਹਿਲਾਂ ਹੀ ਖੈਰ ਪਤਾ ਹੁੰਦੀਆਂ ਨੇ। ਪਰ ਫਿਰ ਇਹ ਸਾਰੀ ਚੀਜ਼ ਦਾ ਫਾਇਦਾ ਕੀ ਹੈ? ਜਿਸ ਹਿਸਾਬ ਨਾਲ ਸਿੱਧੂ ਸਾਹਿਬ ਦੇ ਨਾਲ ਲੋਕ ਜੁੜੇ ਸੀਗੇ, ਹੁਣ ਮੈਨੂੰ ਲੱਗਦਾ ਵੀ ਜਿਹੜਾ ਕੰਮ, ਜਿਵੇਂ ਅਸੀਂ ਸਿਮਰਜੀਤ ਸਿੰਘ ਬੈਂਸ ਦੀ ਗੱਲ ਕੀਤੀ ਵੀ ਉਹ ਜਗ੍ਹਾ ਜਗ੍ਹਾ 'ਤੇ ਜਾ ਕੇ ਲਾਈਵ ਹੁੰਦੇ ਨੇ, ਜਗ੍ਹਾ ਜਗ੍ਹਾ ਜਾ ਕੇ ਉਹ ਜਿਹੜੀ ਸੱਚਾਈ ਹੈ ਉਹ ਪੇਸ਼ ਕਰਦੇ ਨੇ ਵੀ ਇਹ ਇਸ ਵੇਲੇ ਦੀ ਸੱਚਾਈ ਹੈ ਅਤੇ ਆਹ ਚੀਜ਼ ਸਰਕਾਰ ਕਰ ਰਹੀ ਹੈ, ਭਾਵੇਂ ਉਹ ਕਿਹੜੀ ਵੀ ਸਰਕਾਰ ਹੋਵੇ। ਵੀ ਹੁਣ ਫਿਰ ਸਿੱਧੂ ਸਾਹਿਬ ਨੂੰ ਜਿਹੜੀ ਚੀਜ਼ ਕਰਨੀ ਚਾਹੀਦੀ ਹੈ ਉਹ ਉਹਦੇ ਵੱਲ ਨੂੰ ਆ ਕਿਉਂ ਨਹੀਂ ਰਹੇ? ਇਹ ਕਹਾਣੀ ਸਮਝੋ, ਬਾਹਰ ਹੈ ਥੋੜ੍ਹੀ ਜਿਹੀ। ਮੈਨੂੰ ਨਾ ਇੱਕ ਯਾਦ ਆ ਰਿਹਾ ਉਹ ਸਮਾਂ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਵਜ਼ਾਰਤ ਛੱਡੀ ਸੀਗੀ, ਘਰ ਬੈਠੇ ਸੀ ਅਤੇ ਬਹੁਤ ਲੰਬਾ ਸਮਾਂ ਚੁੱਪੀ ਧਾਰੀ ਰੱਖੀ ਸੀ ਅਤੇ ਮੀਡੀਆ ਨਾ ਅੱਖਾਂ ਬਚਾ ਬਚਾ ਕੇ ਕਿਤੇ ਨਾ ਕਿਤੇ ਕੈਮਰੇ ਹਿੱਡਣ ਵੀ ਲਾਤੇ ਸੀ ਵੀ ਭਾਈ ਜਦੋਂ ਨਵਜੋਤ ਸਿੰਘ ਸਿੱਧੂ ਦੀ ਰੰਗ ਬਿਰੰਗਾ ਪੈਂਟ ਕੋਟ ਅਤੇ ਪੱਗ ਦਿਖੀ ਨਾ, ਨਾਲ ਦੀ ਨਾਲ ਹੀ ਖਬਰ ਚਲਾ ਰਹੀ ਅੱਜ ਨਵਜੋਤ ਸਿੰਘ ਸਿੱਧੂ ਆਪਣੇ ਕਮਰੇ 'ਚੋਂ ਬਾਹਰ ਆਏ, ਐਂ ਭਾਂਬੜ ਬਣ ਜਾਂਦਾ ਸੀਗਾ, ਜੰਗਲ ਦੀ ਅੱਗ ਵਾਂਗੂ ਗੱਲ ਫੈਲ ਜਾਂਦੀ ਸੀ ਨਵਜੋਤ ਸਿੰਘ ਸਿੱਧੂ ਦਿਖਾਈ ਦਿੱਤਾ ਅੱਜ। ਜਾਣੀ ਉਦੋਂ ਇੱਕ ਇਹਨਾਂ ਦਾ ਪ੍ਰਭਾਵ ਬਣ ਗਿਆ ਸੀ ਨਵਜੋਤ ਸਿੰਘ ਸਿੱਧੂ ਦਾ ਕਿ ਭਾਈ ਨਵਜੋਤ ਸਿੰਘ ਸਿੱਧੂ ਹੁਣ ਜਦੋਂ ਬੋਲੂਗਾ ਪਤਾ ਨਹੀਂ ਕੀ ਕਰੂਗਾ, ਵੀ ਬਹੁਤ ਤਕੜੀ ਕੋਈ ਪਲੈਨਿੰਗ ਹੈ ਨਵਜੋਤ ਸਿੰਘ ਸਿੱਧੂ ਦੀ, ਜਿਹੜੇ ਛੇਤੀ ਕਿਤੇ ਮੀਡੀਆ 'ਚ ਨਹੀਂ ਆ ਰਹੇ। ਪਰ ਜਦੋਂ ਮੀਡੀਆ 'ਤੇ ਆਏ ਪਤੰਦਰ ਨੇ ਕਮਾਲ ਹੀ ਕਰਤੀ, ਪਹਿਲਾਂ ਚੈਨਲ ਖੋਲ੍ਹ ਲਿਆ, ਚੈਨਲ 'ਤੇ ਮਤਲਬ ਜਿਹੜੀਆਂ ਵੀ ਗੱਲਾਂ ਬਾਤਾਂ ਕੀਤੀਆਂ ਉਹ ਸਾਰੀਆਂ ਵਿਊਅਰਸ ਦੇ ਸਾਹਮਣੇ ਆ, ਹੁਣ ਤਾਂ ਫਿਰ ਜਮ੍ਹਾਂ ਹੀ ਹੱਦ ਕਰਤੀ, ਟਿਕਟੋਕ 'ਤੇ ਹੀ ਆ ਗਏ ਸਿੱਧੂ ਸਾਹਿਬ, ਇਸ ਤਰੀਕੇ ਤਾਂ ਮੈਨੂੰ ਤੁਸੀਂ ਬੇਹੇ ਜਿਹੇ ਲੱਗਣ ਲੱਗ ਗਏ। ਦੇਖੋ ਹੁਣ ਸਿੱਧੂ ਸਾਹਿਬ ਦੀ ਤਾਂ ਕਹਾਣੀ ਜੀ, ਹੁਣ ਦੇਖੋ ਜਿਵੇਂ ਕਿ ਅਸੀਂ ਪਹਿਲੀ ਗੱਲ ਕਰ ਰਹੇ ਵੀ ਸਮਝੋ ਬਾਹਰ ਹੁੰਦੀ ਜਾਂਦੀ ਹੈ ਵੀ ਉਹ ਕੀ ਕਰਨਾ ਚਾਹੁੰਦੇ ਨੇ ਕਿ ਨਹੀਂ, ਪਰ ਇੱਧਰ ਮੋਦੀ ਸਾਹਿਬ ਦੀ ਜੇ ਗੱਲ ਕਰੀਏ ਦੇਖੋ ਉਹਨਾਂ ਨੇ ਹੁਣ ਜਿੱਡੀ ਵੱਡੀ ਰਕਮ ਅਨਾਊਂਸ ਕੀਤੀ ਹੈ ਲੋਕਾਂ ਨੂੰ, ਹੁਣ ਅਸੀਂ ਗੱਲਾਂ ਦਾ ਦੇਖੋ ਦੱਸੀ ਜਾਂਦੇ ਹਾਂ ਪੋਲ ਪੱਟੀ 'ਚ ਖੁੱਲ੍ਹੀ ਜਾਂਦੇ ਵੀ ਥੱਲੇ ਜਾ ਕੇ ਪਤਾ ਨਹੀਂ ਕਿਹਨੂੰ ਕੀ ਮਿਲਣਾ ਕਿ ਨਹੀਂ ਮਿਲਣਾ, ਪਰ ਲੋਕਾਂ ਨੂੰ ਹਲੇ ਮੈਨੂੰ ਲੱਗਦਾ ਸਾਨੂੰ ਖੁਸ਼ ਹੋ ਲੈਣਾ ਚਾਹੀਦਾ ਵੀ ਐਡੀ ਵੱਡੀ ਰਕਮ ਸੁਣ ਕੇ ਤੁਸੀਂ ਖੁਸ਼ ਰਹੋ ਵੀ ਭਾਈ ਮੋਦੀ ਸਾਹਿਬ ਨੇ ਐਡੀ ਵੱਡੀ ਰਕਮ ਜਾਰੀ ਕੀਤੀ ਹੈ, ਥੱਲੇ ਵਾਲੇ ਕੀ ਕਰਦੇ ਨੇ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਗੱਲਾਂ ਬਾਤਾਂ ਹੋਰ ਵੀ ਬਹੁਤ ਸੀ, ਮੁੱਦੇ ਹੋਰ ਵੀ ਬਹੁਤ ਸੀ, ਮਸਲੇ ਹੋਰ ਵੀ ਬਹੁਤ ਸੀ ਜਿਨ੍ਹਾਂ 'ਤੇ ਨਿਗਾਹ ਮਾਰਨੀ ਸੀ, ਪਰ ਵਿਹੜਾ ਜਿਹੜਾ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਦਿਓ ਇਜਾਜ਼ਤ, ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਢੇਰ ਸਾਰੀਆਂ ਗੱਲਾਂ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।